ਸ਼ਿਵਰਾਜ ਚੌਹਾਨ ਜੀ ਨੂੰ ਜਿਹੜਾ ਐਗਰੀਕਲਚਰ ਮਿਨਿਸਟਰ ਬਣਾਇਆ ਅਸੀਂ ਸਵਾਗਤ ਕਰਦੇ ਹਾਂ। ਨਾਲ ਹੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਉਹਨਾਂ ਨੂੰ ਵੀ ਜਲਦ ਜਿਹੜੀ ਸਵਾਮੀਨਾਥਨ ਜੀ ਦੀ ਰਿਪੋਰਟ ਹੈ ਜਿਹੜੀ 2014 ਦੇ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਉਹਨੂੰ ਲਾਗੂ ਕਰਨ ਜਲਦ ਤੋਂ ਜਲਦ। ਦੂਸਰੇ ਜਿਹੜੇ ਕਿਸਾਨੀ ਅੰਦੋਲਨ ਵੇਲੇ ਸਾਡੇ ਨਾਲ ਵਾਅਦੇ ਹੋਏ ਸੀ 2021 ਦੇ ਵਿੱਚ ਜਦੋਂ ਅਸੀਂ ਕਿਸਾਨੀ ਅੰਦੋਲਨ ਸਮੇਟਿਆ ਸੀ ਉਹਦੇ 'ਤੇ ਜਲਦ ਗੌਰ ਕਰਨ। MSP ਕਮੇਟੀ ਦੀ ਗੱਲ ਹੋਈ ਸੀ ਉਹ ਵੀ ਅਜੇ ਨਹੀਂ ਬਣੀ। ਤੀਸਰੀ ਗੱਲ ਜਿਹੜੇ ਸਾਡੇ ਵੀਰ ਬਾਰਡਰਾਂ 'ਤੇ ਬੈਠੇ ਆ ਪਿਛਲੇ ਕਾਫੀ ਦਿਨਾਂ ਤੋਂ 100 ਤੋਂ ਉੱਤੇ ਦਿਨ ਹੋ ਗਏ ਉਹਨਾਂ ਦੇ ਘਰ ਵਾਪਸੀ ਦੀ ਵੀ ਗੱਲ ਕਰਨ। ਜਲਦ ਉਹਨਾਂ ਦੀਆਂ ਗੱਲਾਂ ਸੁਣ ਕੇ ਘਰ ਵਾਪਸੀ ਕਰਨ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਹੁਣ ਝੋਨੇ ਲਵਾਈ ਦਾ ਸੀਜ਼ਨ ਆ ਚੁੱਕਿਆ ਅਤੇ ਕਿਸਾਨ ਦੀ ਤਾਂ ਰੋਜ਼ੀ ਰੋਟੀ ਹੈ। ਜੇ ਕਿਸਾਨ ਇਹ ਝੋਨਾ ਆਪਦਾ ਨਾ ਟਾਈਮ 'ਤੇ ਲਾ ਸਕਿਆ ਤਾਂ ਦਿਨ ਬ ਦਿਨ ਲੇਟ ਹੋਊਗਾ, ਉਹਦੇ ਨਾਲ ਅੱਗੇ ਹੋਰ ਪ੍ਰੋਬਲਮ ਆਉਂਦੀਆਂ ਮੋਇਸਚਰ ਦੀਆਂ ਆਉਂਦੀਆਂ। ਸੋ ਅਸੀਂ ਕਹਿੰਦੇ ਹਾਂ ਵੀ ਜਲਦ ਤੋਂ ਜਲਦ ਉਹਨਾਂ ਦੀ ਗੱਲ ਸੁਣ ਕੇ ਅਤੇ ਜਿਹੜੀਆਂ ਬਾਕੀ ਸਾਡੀਆਂ ਮੰਗਾਂ ਕਰਜ਼ਾ ਮੁਕਤੀ ਦੀ ਕਿਸਾਨ ਦੀ ਅਤੇ ਹੋਰ ਜਿਹੜੇ ਵਾਅਦੇ ਸੀ ਉਹਨਾਂ ਨੂੰ ਪੂਰੇ ਕੀਤੇ ਜਾਣ। ਧੰਨਵਾਦ ਜੀ, ਬਹੁਤ ਮੁਬਾਰਕਾਂ ਸ਼ਿਵਰਾਜ ਚੌਹਾਨ ਜੀ ਨੂੰ। ਸ਼ਿਵਰਾਜ ਚੌਹਾਨ ਜੀ ਨੂੰ ਜਿਹੜਾ ਐਗਰੀਕਲਚਰ ਮਿਨਿਸਟਰ ਬਣਾਇਆ ਅਸੀਂ ਸਵਾਗਤ ਕਰਦੇ ਹਾਂ। ਨਾਲ ਹੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਉਹਨਾਂ ਨੂੰ ਵੀ ਜਲਦ ਜਿਹੜੀ ਸਵਾਮੀਨਾਥਨ ਜੀ ਦੀ ਰਿਪੋਰਟ ਹੈ ਜਿਹੜੀ 2014 ਦੇ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਉਹਨੂੰ ਲਾਗੂ ਕਰਨ ਜਲਦ ਤੋਂ ਜਲਦ। ਦੂਸਰੇ ਜਿਹੜੇ ਕਿਸਾਨੀ ਅੰਦੋਲਨ ਵੇਲੇ ਸਾਡੇ ਨਾਲ ਵਾਅਦੇ ਹੋਏ ਸੀ 2021 ਦੇ ਵਿੱਚ ਜਦੋਂ ਅਸੀਂ ਕਿਸਾਨੀ ਅੰਦੋਲਨ ਸਮੇਟਿਆ ਸੀ ਉਹਦੇ 'ਤੇ ਜਲਦ ਗੌਰ ਕਰਨ। MSP ਕਮੇਟੀ ਦੀ ਗੱਲ ਹੋਈ ਸੀ ਉਹ ਵੀ ਅਜੇ ਨਹੀਂ ਬਣੀ। ਤੀਸਰੀ ਗੱਲ ਜਿਹੜੇ ਸਾਡੇ ਵੀਰ ਬਾਰਡਰਾਂ 'ਤੇ ਬੈਠੇ ਆ ਪਿਛਲੇ ਕਾਫੀ ਦਿਨਾਂ ਤੋਂ 100 ਤੋਂ ਉੱਤੇ ਦਿਨ ਹੋ ਗਏ ਉਹਨਾਂ ਦੇ ਘਰ ਵਾਪਸੀ ਦੀ ਵੀ ਗੱਲ ਕਰਨ। ਜਲਦ ਉਹਨਾਂ ਦੀਆਂ ਗੱਲਾਂ ਸੁਣ ਕੇ ਘਰ ਵਾਪਸੀ ਕਰਨ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਹੁਣ ਝੋਨੇ ਲਵਾਈ ਦਾ ਸੀਜ਼ਨ ਆ ਚੁੱਕਿਆ ਅਤੇ ਕਿਸਾਨ ਦੀ ਤਾਂ ਰੋਜ਼ੀ ਰੋਟੀ ਹੈ। ਜੇ ਕਿਸਾਨ ਇਹ ਝੋਨਾ ਆਪਦਾ ਨਾ ਟਾਈਮ 'ਤੇ ਲਾ ਸਕਿਆ ਤਾਂ ਦਿਨ ਬ ਦਿਨ ਲੇਟ ਹੋਊਗਾ, ਉਹਦੇ ਨਾਲ ਅੱਗੇ ਹੋਰ ਪ੍ਰੋਬਲਮ ਆਉਂਦੀਆਂ ਮੋਇਸਚਰ ਦੀਆਂ ਆਉਂਦੀਆਂ। ਸੋ ਅਸੀਂ ਕਹਿੰਦੇ ਹਾਂ ਵੀ ਜਲਦ ਤੋਂ ਜਲਦ ਉਹਨਾਂ ਦੀ ਗੱਲ ਸੁਣ ਕੇ ਅਤੇ ਜਿਹੜੀਆਂ ਬਾਕੀ ਸਾਡੀਆਂ ਮੰਗਾਂ ਕਰਜ਼ਾ ਮੁਕਤੀ ਦੀ ਕਿਸਾਨ ਦੀ ਅਤੇ ਹੋਰ ਜਿਹੜੇ ਵਾਅਦੇ ਸੀ ਉਹਨਾਂ ਨੂੰ ਪੂਰੇ ਕੀਤੇ ਜਾਣ। ਧੰਨਵਾਦ ਜੀ, ਬਹੁਤ ਮੁਬਾਰਕਾਂ ਸ਼ਿਵਰਾਜ ਚੌਹਾਨ ਜੀ ਨੂੰ। ਸ਼ਿਵਰਾਜ ਚੌਹਾਨ ਜੀ ਨੂੰ ਜਿਹੜਾ ਐਗਰੀਕਲਚਰ ਮਿਨਿਸਟਰ ਬਣਾਇਆ ਅਸੀਂ ਸਵਾਗਤ ਕਰਦੇ ਹਾਂ। ਨਾਲ ਹੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਉਹਨਾਂ ਨੂੰ ਵੀ ਜਲਦ ਜਿਹੜੀ ਸਵਾਮੀਨਾਥਨ ਜੀ ਦੀ ਰਿਪੋਰਟ ਹੈ ਜਿਹੜੀ 2014 ਦੇ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਉਹਨੂੰ ਲਾਗੂ ਕਰਨ ਜਲਦ ਤੋਂ ਜਲਦ। ਦੂਸਰੇ ਜਿਹੜੇ ਕਿਸਾਨੀ ਅੰਦੋਲਨ ਵੇਲੇ ਸਾਡੇ ਨਾਲ ਵਾਅਦੇ ਹੋਏ ਸੀ 2021 ਦੇ ਵਿੱਚ ਜਦੋਂ ਅਸੀਂ ਕਿਸਾਨੀ ਅੰਦੋਲਨ ਸਮੇਟਿਆ ਸੀ ਉਹਦੇ 'ਤੇ ਜਲਦ ਗੌਰ ਕਰਨ। MSP ਕਮੇਟੀ ਦੀ ਗੱਲ ਹੋਈ ਸੀ ਉਹ ਵੀ ਅਜੇ ਨਹੀਂ ਬਣੀ। ਤੀਸਰੀ ਗੱਲ ਜਿਹੜੇ ਸਾਡੇ ਵੀਰ ਬਾਰਡਰਾਂ 'ਤੇ ਬੈਠੇ ਆ ਪਿਛਲੇ ਕਾਫੀ ਦਿਨਾਂ ਤੋਂ 100 ਤੋਂ ਉੱਤੇ ਦਿਨ ਹੋ ਗਏ ਉਹਨਾਂ ਦੇ ਘਰ ਵਾਪਸੀ ਦੀ ਵੀ ਗੱਲ ਕਰਨ। ਜਲਦ ਉਹਨਾਂ ਦੀਆਂ ਗੱਲਾਂ ਸੁਣ ਕੇ ਘਰ ਵਾਪਸੀ ਕਰਨ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਹੁਣ ਝੋਨੇ ਲਵਾਈ ਦਾ ਸੀਜ਼ਨ ਆ ਚੁੱਕਿਆ ਅਤੇ ਕਿਸਾਨ ਦੀ ਤਾਂ ਰੋਜ਼ੀ ਰੋਟੀ ਹੈ। ਜੇ ਕਿਸਾਨ ਇਹ ਝੋਨਾ ਆਪਦਾ ਨਾ ਟਾਈਮ 'ਤੇ ਲਾ ਸਕਿਆ ਤਾਂ ਦਿਨ ਬ ਦਿਨ ਲੇਟ ਹੋਊਗਾ, ਉਹਦੇ ਨਾਲ ਅੱਗੇ ਹੋਰ ਪ੍ਰੋਬਲਮ ਆਉਂਦੀਆਂ ਮੋਇਸਚਰ ਦੀਆਂ ਆਉਂਦੀਆਂ। ਸੋ ਅਸੀਂ ਕਹਿੰਦੇ ਹਾਂ ਵੀ ਜਲਦ ਤੋਂ ਜਲਦ ਉਹਨਾਂ ਦੀ ਗੱਲ ਸੁਣ ਕੇ ਅਤੇ ਜਿਹੜੀਆਂ ਬਾਕੀ ਸਾਡੀਆਂ ਮੰਗਾਂ ਕਰਜ਼ਾ ਮੁਕਤੀ ਦੀ ਕਿਸਾਨ ਦੀ ਅਤੇ ਹੋਰ ਜਿਹੜੇ ਵਾਅਦੇ ਸੀ ਉਹਨਾਂ ਨੂੰ ਪੂਰੇ ਕੀਤੇ ਜਾਣ। ਧੰਨਵਾਦ ਜੀ, ਬਹੁਤ ਮੁਬਾਰਕਾਂ ਸ਼ਿਵਰਾਜ ਚੌਹਾਨ ਜੀ ਨੂੰ।